ਪੰਜਾਬ ਵਿੱਚ ਵੱਧ ਰਹੇ ਨਸ਼ਿਆਂ ਨੂੰ ਲੈ ਕੇ ਅੱਜ ਨਾਭਾ ਵਿਖੇ ਜਥੇਦਾਰ ਗੁਰਚਰਨ ਸਿੰਘ ਚੈਰੀਟੇਬਲ ਟਰੱਸਟ ਰਜਿਸਟਰ ਵੱਲੋਂ ਸ਼ਾਂਤਮਈ ਰੋਸ ਮਾਰਚ ਕੀਤਾ ਗਿਆ ਹੈ। SDM ਰਾਹੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਰੋਸ ਮਾਰਚ ਦੀ ਅਗਵਾਈ ਸ਼੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌੜਾ ਵੱਲੋਂ ਕੀਤੀ ਗਈ ਹੈ। ਇਸ ਮੌਕੇ SGPC ਮੈਂਬਰ ਸਤਵਿੰਦਰ ਸਿੰਘ ਟੌੜਾ ਨੇ ਕਿਹਾ ਹੈ ਕਿ ਜੋ ਕੈਪਟਨ ਸਰਕਾਰ ਨੇ ਚੋਣਾਂ ਦੌਰਾਨ ਵਾਅਦੇ ਕੀਤੇ ਸਨ ਨਸ਼ਾ ਮੁਕਤ ਪੰਜਾਬ ਕਰਨ ਦੇ, ਉਹ ਅੱਜ ਤੱਕ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਹੈ, ਜਿਸ ਕਰਕੇ ਪੰਜਾਬ ਦੀ ਜਵਾਨੀ ਨਸ਼ਿਆਂ ਵਿੱਚ ਡੁੱਬ ਰਹੀ ਹੈ। ਨਾਭਾ ਦੇ ਬੋੜਾ ਗੇਟ ਤੋਂ ਚੌਂਕ ਤੋਂ ਲੈ ਕੇ SDM ਦਫ਼ਤਰ ਤੱਕ ਰੋਸ ਮਾਰਚ ਕੱਢਿਆ ਗਿਆ ਅਤੇ ਬਾਅਦ ਵਿੱਚ SDM ਨਾਭਾ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ। ਜਥੇਦਾਰ ਬਚਨ ਸਿੰਘ ਟੌੜਾ ਚੈਰੀਟੇਬਲ ਟਰੱਸਟ ਵੱਲੋਂ ਇਲਾਕੇ ਦੀਆਂ ਧਾਰਮਿਕ ਸਮਾਜਿਕ ਜਥੇਬੰਦੀਆਂ ਨੂੰ ਨਾਲ ਲੈ ਕੇ ਜੋ ਪੰਜਾਬ ਦੇ ਵਿੱਚ ਹਰ ਰੋਜ਼ ਨਸ਼ਿਆਂ ਦੇ ਨਾਲ ਨੌਜਵਾਨਾਂ ਦੀ ਮੌਤ ਹੋ ਰਹੀ ਹੈ, ਜਿਸ ਤਰ੍ਹਾਂ ਗਲੀ ਗਲੀ ਪੰਜਾਬ 'ਚ ਨਸ਼ਾ ਵਿਕ ਰਿਹਾ ਹੈ, ਉਹਦੇ ਵਿਰੋਧ ਵਿੱਚ ਉਹਦੇ ਰੋਸ ਵਜੋਂ ਕੀਤਾ ਜਾ ਰਿਹਾ ਹੈ, ਤਾਂ ਕਿ ਪੰਜਾਬ ਸਰਕਾਰ ਨੂੰ ਇਹ ਲੋਕ ਸੁਨੇਹਾ ਦੇਣਾ ਚਾਹੁੰਦੇ ਨੇ ਕਿ ਤੁਸੀਂ ਆਪਣਾ ਫਰਜ਼ ਪਹਿਚਾਣੋ। ਜੋ ਵੋਟਾਂ ਸਮੇਂ ਤੁਸੀਂ ਵਾਅਦਾ ਕੀਤਾ ਸੀ ਪੰਜਾਬ ਦੇ ਲੋਕਾਂ ਦੇ ਨਾਲ, ਵੋਟਾਂ ਵਿੱਚ ਵਾਅਦੇ ਬਹੁਤ ਪਾਰਟੀਆਂ ਕਰਦੀਆਂ ਨੇ, ਲੇਕਿਨ ਪਹਿਲੀ ਵਾਰ ਤੁਸੀਂ ਗੁਰਬਾਣੀ ਦੀ ਸਹੁੰ ਖਾ ਕੇ ਲੋਕਾਂ ਨੂੰ ਭਰੋਸਾ ਦਿੱਤਾ ਸੀ ਕਿ ਪੰਜਾਬ 'ਚ ਨਸ਼ੇ ਖਤਮ ਹੋਣਗੇ, ਪਰ 1.5 ਸਾਲ ਹੋ ਗਿਆ ਸਰਕਾਰ ਬਣੀ ਨੂੰ, ਜਿਸ ਤਰ੍ਹਾਂ ਰੋਜ਼ ਅਸੀਂ ਵੇਖ ਰਹੇ ਹਾਂ ਕਿ ਪੰਜਾਬ ਦੇ ਨੌਜਵਾਨ ਨਸ਼ਿਆਂ ਦੇ ਕਾਰਨ ਮੌਤ ਹੋ ਰਹੀ ਹੈ, ਉਹ ਬਹੁਤ ਹੀ ਦੁਖਦਾਈ ਹੈ। ਸਰਕਾਰ ਨੂੰ ਜਗਾਉਣ ਲਈ ਔਰ ਇਹ ਕਹਿਣ ਲਈ ਵੀ ਜਾਂ ਤਾਂ ਉਹ ਨਸ਼ਿਆਂ 'ਤੇ ਕਾਬੂ ਪਾਵੇ ਜਾਂ ਲੋਕ ਰੋਹ ਦਾ ਸਾਹਮਣਾ ਕਰਨ ਲਈ ਤਿਆਰ। ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਆਪ ਸਾਰੀਆਂ ਸੰਗਤਾਂ ਨੂੰ ਇਹ ਚੈਨਲ ਦੇ ਮਾਧਿਅਮ ਤੋਂ, ਜਿੱਥੇ ਪੰਜਾਬ ਵਿੱਚ ਜਿਹੜੀ ਧਰਤੀ ਮਹਾਨ ਗੁਰੂ ਸਾਹਿਬਾਨਾਂ ਦੀ, ਮਹਾਨ ਸ਼ਹੀਦਾਂ ਯੋਧਿਆਂ ਸੂਰਬੀਰਾਂ ਦੀ ਧਰਤੀ ਹੈ, ਔਰ ਇਸ ਧਰਤੀ ਤੋਂ ਕਿਸੇ ਸਮੇਂ ਕਿੰਨੇ ਸੁੰਦਰ ਧਾਰਮਿਕ ਪੈਗਾਮ ਦਿੱਤੇ ਜਾਂਦੇ ਰਹੇ ਤਾਂ ਕਿ ਇਨਸਾਨੀਅਤ ਮਾਨਵਤਾ ਤਰਫ ਲਈ ਸਮੁੱਚੇ ਲੋਕ ਇੱਕ ਵਧੀਆ ਨੇਕ ਇਨਸਾਨ ਜੀਵਨ ਜਿਉਣ ਦੀ ਜਾਚ ਸਿੱਖਣ। ਪਰ ਬੜੇ ਅਫਸੋਸ ਨਾਲ ਜਦੋਂ ਮੌਜੂਦਾ ਹਾਲਾਤਾਂ ਨੂੰ ਵੇਖਦੇ ਹਾਂ ਤਾਂ ਜਿਹੜੀ ਨੌਜਵਾਨੀ ਨੇ ਦੇਸ਼ ਧਰਮ ਕੌਮ ਦੀ ਆਨ ਸ਼ਾਨ ਖਾਤਰ ਆਪਣਾ ਆਪ ਨਿਸ਼ਾਵਰ ਕਰਕੇ ਦੇਸ਼ ਲਈ ਇੱਕ ਬੜੀ ਵਧੀਆ ਗੁਣਵੱਤਾ ਜਵਾਨੀ ਪੈਦਾ ਕਰਨੀ ਸੀ, ਉਹ ਜਵਾਨੀ ਗੁਣਵੱਤਾ ਦੀ ਥਾਂ 'ਤੇ ਆਪਣੇ ਆਪ ਨੂੰ ਨਸ਼ਿਆਂ ਦਾ ਸ਼ਿਕਾਰ ਹੋ ਕੇ ਇਹ ਬਸ ਹੋਈ ਮਹਿਸੂਸ ਕਰ ਰਹੀ ਹੈ। ਇਸ ਕਰਕੇ ਨੌਜਵਾਨ ਆਪਣੇ ਆਪ ਦੀ ਸੰਭਾਲ ਕਰਨ, ਨਸ਼ਿਆਂ ਦਾ ਤਿਆਗ ਕਰਨ। ਨਸ਼ਾ ਤਾਂ ਸਵਾਸਾਂ ਲਈ ਬਹੁਤ ਹੈ, ਨਸ਼ਾ ਤਾਂ ਸਾਨੂੰ ਰੋਟੀ ਲਈ ਬਹੁਤ ਹੈ। ਉਸ ਤੋਂ ਅੱਗੇ ਫਿਰ ਮੈਂ ਸਰਕਾਰ ਨੂੰ ਵੀ ਇਹ ਗੱਲ ਕਹਿਣੀ ਚਾਹੂੰਗਾ, ਕਿਉਂਕਿ ਸਰਕਾਰ ਜਿਹੜੀ ਹੈ ਉਹ ਪਬਲਿਕ ਦੇ ਮਾਂ ਪਿਓ ਦੇ ਸਮਾਨ ਹੋਇਆ ਕਰਦੇ ਨੇ, ਸੰਭਾਲ ਕਰਨੀ ਇਹ ਸਰਕਾਰ ਦਾ ਫਰਜ਼ ਬਣਦਾ। ਨਾਭਾ ਤੋਂ ਹਰਮੀਤ ਮਾਨ ਦੀ ਰਿਪੋਰਟ, ਪੰਜਾਬ ਟੂਡੇ।